ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਪੂਰੇ ਬਾਲ ਦਾ ਥੈਂਕ ਯੂ ਕਰਦਾ ਸ਼ੌਕਾ ਟੈਕਨੋਲੋਜੀ ਮੈਂ ਜਰਮਨੀ ਤੋਂ ਆ ਦੁਨੀਆ ਕਿੱਥੇ ਪਹੁੰਚ ਗਈ ਆ ਅ ਕਈ ਬੰਦੇ ਉੱਥੇ ਉੱਥੇ ਬੈਠੇ ਨੇ ਪੂਰ ਅਕਲ ਕੋਈ ਨਹੀਂ ਇਹਨਾਂ ਨੂੰ ਆਉਣੀ ਪੂਰਾ ਟੱਬਰ ਇਕੱਠਾ ਹੋ ਜਾਂਦਾ ਇਹਨਾਂ ਦਾ ਕੁੜੀ ਆ ਜਾਂਦੀ ਮੈਣ ਜਗਾ ਤੇ ਮੱਥਾ ਟੇਕਣ ਚਲੇ ਜਾਂਦੇ ਨੇ ਹੂੰ ਨਾ ਇਹਨਾਂ ਨੂੰ ਬੋਲਣ ਦਾ ਪਤਾ ਕਿਹੜੀ ਬੋਲੀ ਬੋਲਣੀ ਆ ਨਾ ਕੁੜੀ ਆ ਜਾਂਦੀ ਆ ਮੱਥਾ ਟੇਕਣ ਜਗ੍ਹਾ ਤੇ ਜਾਣਾ ਇਹਨਾਂ ਨੇ ਪੂਰਾ ਟੱਬਰ ਕੁੜੀ ਦਾ ਪਰੌਣਾ ਕੁੜੀ ਕੁੜੀ ਦੇ ਭਰਾ ਪੇ ਮਾਂ ਅੱਛਾ ਸਾਰੇ ਜਾਣੇ ਇਹ ਮੌਰੀ ਤੱਕ ਹੀ ਥਾਣੀ ਚੜ ਜਾਂਦੇ ਨੇ ਬਾਪੂ ਇਹਨਾਂ ਦਾ ਪਿਛਲੀ ਥਾਣੀ ਚੜ ਜਾਂਦਾ ਪੰਜਾਬੀ ਦੇਖੋ ਬੋਲਦੇ ਤੁਸੀਂ ਹੂੰ ਮਾੜੀ ਮੁੱਟੀ ਬਦਲੋ ਚੇਂਜ ਕਰ ਲਓ ਉਹ ਬੂੜਾ ਪਿੱਛੋਂ ਰੋੜੀ ਪਉਂਦਾ ਉਹ ਮੁੰਡਿਓ ਉਹ ਕੁੜੀ ਦੀ ਆਪ ਨੇ ਉਹ ਪੁਰਾਣੇ ਨੂੰ ਨਾ ਲੈਣ ਦਿਓ ਆਂਦੀ ਵਾਰੀ ਪੁਰਾਣਾ ਲੈ ਕੇ ਆਇਆ ਸੀ ਟੈਕਟ ਸਾਲਾ ਕਹਿੰਦਾ ਹੀ ਕੋਈ ਨਹੀਂ ਵਿੱਚ ਉਦਾਂ ਦਾ ਮੋਰੇ ਮੁੰਡਾ ਉਹ ਪਾਪਾ ਕੁੜੀ ਨਹੀਂ ਮੰਨਦੀ ਉਹ ਕਹਿੰਦੀ ਅੱਗੇ ਵੀ ਪੁਰਾਣੇ ਨੇ ਲਈ ਸੀ ਹੁਣ ਵੀ ਪੁਰਾਣੇ ਹੀ ਲਾਊਗਾ ਤੁਹਾ ਨੂੰ ਨੂੰ ਮੈਂ ਲੈਣ ਦੇਣੀ ਲੈ ਆ ਬੋਲੀ ਪੰਜਾਬੀ ਬਹੁਤ ਵਧੀਆ ਸਵਾਰੀਆਂ ਮੂੰਹ ਬਲ ਦੇਖਦੀਆਂ ਕੀ ਕਹਿੰਦੇ ਕੀ ਨਹੀਂ ਫੇਰ ਬਾਪੂ ਕਹਿੰਦਾ ਉਹ ਇਦਾਂ ਫੇਰ ਪਿੰਡ ਵਿੱਚ ਕੀ ਆਪਣਾ ਨਾਂ ਰਹਿਣਾ ਕੀ ਕਹਿਣਗੇ ਪਿੰਡ ਵਾਲੇ ਉਹ ਕੁੜੀ ਪਹਿਲੀ ਵਾਰੀ ਆਈ ਉਹ ਤੁਹਾਡੇ ਕੋਲ ਕੁੜੀ ਦੀ ਨਹੀਂ ਲੈ ਹੋਈ ਉਹ ਹਾਂ ਉਦਾਲੇ ਬੇਸ਼ਤੀ ਬਾਤ ਹੋਣੀ ਆ ਇਹਦਾ ਆਪ ਲੈਣੀ ਪੈਣੀ ਕੁੜੀ ਦੀ ਬਈ ਲੋ ਆਹ ਬੋਲਦੇ ਪੰਜਾਬੀ ਇਹ ਉਦਾਲੇ ਸਾਰੇ ਮੁੰਡੇ ਮੋਰਿਆਂ ਹੂੰ ਫੇਰ ਬੁੜੀ ਵਿੱਚ ਬੈਠੀ ਹੁੰਦੀ ਆ ਉਹ ਸਾਰੇ ਮਰੁੰਡੇ ਆਲਾ ਆ ਜਾਂਦਾ ਨਾਲ ਨਿਆਣਾ ਮਰੁੰਡਾ ਲੈ ਲੈ ਮਰੁੰਡਾ ਉਹ ਬੱਚਾ ਕਹਿੰਦਾ ਮਰੁੰਡਾ ਲੈਣਾ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਮੇਰਾ ਵੇਖਣਾ ਆ ਤੇ ਬੁੜੀ ਕਹਿੰਦੀ ਨਹੀਂ ਨਹੀਂ ਅਸੀਂ ਨਹੀਂ ਲੈਣਾ ਅਸੇ ਨਹੀਂ ਲੈਣਾ ਉਹ ਫੇਰ ਆਉਂਦਾ ਉਹਦੇ ਕੋਲ ਨੂੰ ਵੇਖਣਾ ਇੱਥੇ ਉਹ ਕਹਿੰਦੀ ਕੀ ਮਰੁੰਡਾ ਮਰੁੰਡਾ ਲੈ ਜਦ ਚਲੇ ਜਾ ਹਾਇ ਤੇ ਉਹ ਮੁੰਡਾ ਕਹਿੰਦਾ ਮੈਂ ਮੁੰਡਾ ਲੈਣਾ ਹੀ ਲੈਣਾ ਬੁੜੀ ਲੈ ਨਹੀਂਦੀ ਨੀਗੇ ਉਹ ਇੱਕ ਬੰਦਾ ਹੋ ਤਾਰਸ ਹੋਂਦਾ ਕਿ ਬਾਹਰੋਂ ਗਿਆ ਹੁੰਦਾ ਅਮਰੀਕਾ ਤੋਂ ਉਹ ਕਦੇ ਕਹਿੰਦਾ ਚੱਲ ਮੈਂ ਲੈ ਦੇਣਾ ਉਹਨੇ ਲੈ ਦਿੱਤਾ ਨਾ ਮਰੁੰਡਾ ਤੇ ਬੁੜੀ ਉਹਦੇ ਗਾਲ ਪੈ ਗਈ ਬੁੜੀ ਕਹਿੰਦੀ ਤੂੰ ਜੱਦੇ ਆ ਕੇ ਦਾ ਮੇਰੇ ਮੁੰਡੇ ਨੂੰ ਮਰੁੰਡਾ ਲੈ ਕੇ ਦੇਣ ਵਾਲਾ ਤੂੰ ਹੁੰਦਾ ਕੌਣ ਮਰੁੰਡਾ ਲੈ ਕੇ ਦੇਣ ਵਾਲਾ ਤੂੰ ਨਿਆਣੇ ਸਾਡੇ ਬਗਾਣ ਨੇ ਹੈ ਤੂੰ ਲੈ ਕੇ ਕਿਉਂ ਦਿੱਤਾ ਮਰੁੰਡਾ ਬੂੜੀ ਦਾ ਤਾਂ ਗੱਲ ਪੈ ਗਈ ਲੜਾਈ ਪਾ ਲਈ ਉਹ ਕਹਿੰਦਾ ਚਲੋ ਲੜਾਈ ਨਾ ਕਰ ਤੂੰ ਚਲੋ ਕਿਦਾਂ ਸਮਝੌਤਾ ਕਰੋ ਛੱਡੋ ਬਾਰੇ ਰਹਿਣ ਦਿਓ ਕਰ ਲੈਨੇ ਆ ਸਮਝੌਤਾ ਓਕੇ ਮੈਨੂੰ ਵੀ ਫੇਰ ਲੈ ਕੇ ਦੇ ਇੱਕ ਲੈ ਬੂੜੀ ਇਹਨਾਂ ਦੀ ਹੂੰ ਉਹ ਇਹਨਾਂ ਦਾ ਵੀ ਸਰੇ ਇਹਨਾਂ ਦਾ ਜਾਣਾ ਕਿਤੇ ਨਹੀਂ ਹੁੰਦਾ ਬਾਬਿਆਂ ਦੇ ਮੱਥਾ ਟੇਕਣ ਜਾਣਾ ਹੁੰਦਾ ਪੂਰੇ ਟੱਬਰ ਨਾਲ ਹੂੰ ਵੀਰਵਾਰ ਵਾਲੇ ਦਿਨ ਚਲੇ ਜਾਂਦੇ ਨੇ ਸਾਰੇ ਮੁਕਤ ਦੀ ਲਾਹਣ ਪੀਣੇ ਆ ਸਾਈਆਂ ਦੇ दारू ਚਾੜਦੀ ਉਥੇ ਜਿਹੜੇ ਕਾੜਦੇ ਦੇਸੀ ਉਥੇ ਫਰੀ ਦੀ ਪੀ ਕੇ ਆਉਂਦੇ ਨੇ ਵੀਰਵਾਰੀ ਸ਼ੁੱਕਰਵਾਰੀ ਉਹਨਾਂ ਨੇ ਚਲੇ ਜਾਣਾ ਕਿਸੇ ਪੰਡਤਾਂ ਦੇ ਕੋਲ ਜਿਹੜਾ ਹੱਥ ਪੱਤਰੀ ਦੇਖਦੇ ਹੁੰਦੇ ਉਹਨਾਂ ਨੂੰ ਪੁੱਛਣਾ ਪਹੁੰਚ ਚਲੇ ਜਾਂਦੇ ਨੇ ਪੂਰਾ ਦਿਨ ਵੇਸਟ ਹੈ ਹੂੰ ਸ਼ਨੀਵਾਰ ਚਲੇ ਜਾਂਦੇ ਨੇ ਸਾਰੇ ਲਲੇਰ ਤਾਰਨ ਹੂੰ ਚੌਲ ਸੱਟਣ ਆ ਰਾਹੋਂ ਏਰੀਆ ਦੇਖ ਲਓ ਤੁਸੀਂ ਹੂੰ ਦਰਿਆ ਦਾ ਪੂਰਾ ਹਾਲ ਕੀਤਾ ਪਿਆ ਪਾਣੀ ਦਾ ਹੂੰ ਅੱਗੇ ਕਹਿੰਦੇ ਸੀ ਪੁਲ ਬਣਾ ਦੇ ਪੁਲ ਬਣਾ ਦਿਓ ਉਹ ਪੁਲ ਬਣਾ ਕੇ ਦਿੱਤਾ ਤੇ ਹੁਣ ਸਾਰੇ ਲਫਾਫੇ ਲਲੇਰ ਚੁੰਨੀਆਂ ਮੇਖਾਂ ਪਤਾ ਨਹੀਂ ਸਾਰੇ ਕੀ ਕੀ ਸਿੱਟੀ ਜਾਂਦੇ ਨੇ ਪੂਰਾ ਲਫਾਫਿਆਂ ਦੇ ਨਾਲ ਹਨਾ ਭਰਿਆ ਪਿਆ ਦਰਿਆ ਇਹਨਾਂ ਨੇ ਸਾਡੇ ਬਾਹਰ ਕਿਹੜਾ ਪਾਣੀ ਸੱਟਦਾ ਇੱਥੇ ਕਾ ਦੂਸਰਾ ਦਰਿਆਵਾਂ ਦੇ ਵਿੱਚ ਲਲੇਰ ਸੱਟਦਾ ਕਿੱਡੇ ਇੱਕ ਗ੍ਰਹਿ ਤੁਹਾਡੇ ਦੇ ਫਸੇ ਹੋਇਆ ਸਾਲਿਓ ਮੇਰੇ ਕੋਲ ਆ ਜਾ ਹੂੰ ਮੈਂ ਤੁਹਾਡੇ ਤਾਰ ਦੰਨਾਂ ਤੁਹਾਡੇ ਹੂੰ ਇਹ ਲਲੇਰ ਸੱਟਣ ਦੇ ਨਾਲ ਚੋਲ ਸੱਟਣ ਦੇ ਨਾਲ ਕੋਈ ਸਾਲੀ ਬਰਕਤ ਪੈਣੀ ਪੈਸੇ ਦੇ ਵਿੱਚ ਉਹ ਬੁਰਾ ਹਾਲ ਕੀਤਾ ਪੈਣਾ ਨੇ ਦਰਿਆ ਦਾ ਉਹ ਤਾਂ ਨਹੀਂ ਕੱਲਾ ਅੱਗੇ ਪੌੜ ਫੇਰ ਆਉਣਾ ਲੁਧਿਆਣਾ ਜਿੰਨੇ ਵੀ ਪੌੜ ਵਾ ਉੱਥੋਂ ਸਾਲੇ ਲਲੇਰੇ ਛਿੱਟੀ ਜਾਂਦੇ ਨੇ ਵਿੱਚ ਹੂੰ ਲਪਾ ਫੇ ਟੂਨੇ ਕੱਪੜੇ ਪਤਾ ਨਹੀਂ ਸਾਰੇ ਕੀ ਕੀ ਸੱਟਦੇ ਨੇ ਹੈ ਨਾ ਭਰਿਆ ਪਿਆ ਬੁਰਾ ਹਾਲ ਹੋਇਆ ਪਿਆ ਛੇਨੀ ਬਾੜੇ ਜਾਂਦੇ ਸਾਲੇ ਉੱਥੇ ਲਲੇਰ ਆਜ ਤਾਂ ਦੇ ਛੱਕਣ ਹੂੰ ਐ ਤਬਾਰੀ ਚਲੇ ਜਾਂਦੇ ਨੇ ਸਾਲੇ ਛੀਂਦਾ ਦੀਆਂ ਜਗ੍ਹਾ ਤੇ ਕਲੀਆਂ ਕੁਡੀਆਂ ਕਰਨ ਹੂੰ ਕਿ ਕੁਚੀ ਲੈ ਕੇ ਕੋ ਟੂਟਾਂ ਲੱਗੀਆਂ ਕਿ ਚਾਰ ਲੱਗੀਆਂ ਆ ਹਾਂ ਉਹਦੇ ਝਾੜੋ ਕਰੇ ਆਉਂਦੇ ਆ ਹੈ ਤਿੰਨ ਕਰ ਬੇ ਦੀਆਂ ਫੁੱਲੀਆਂ ਝਾੜੇ ਆਉਂਦੇ ਨੇ ਉਹਨੂੰ ਰੰਗ ਰੰਗ ਕਰੇ ਆਉਂਦੇ ਮਾੜਾ ਮੋਟਾ ਹੂੰ ਕੋਈ ਦਰਾਖਤ ਲਗਾਉਂਦੀ ਟਾਣੀ ਕੱਟ ਦਿੰਦੇ ਨੇ ਇਹ ਐਸ ਬਾਰੀ ਸਾਡੇ ਇਦਾਂ ਚਲੇ ਜਾਂਦੇ ਨੇ ਹੂੰ ਸੋਹ ਵਾਰੀ ਇਹਨਾਂ ਨੇ ਚਲੇ ਜਾਣਾ ਹੁੰਦਾ ਵਿਆਹਾਂ ਦੇ ਉੱਤੇ ਕਿਥੇ ਸੱਦੇ ਆਉਂਦੇਗੇ ਰਿਸ਼ਤੇਦਾਰ ਦਾ ਪ੍ਰੋਗਰਾਮ ਰੱਖਿਆ ਹੁੰਦਾ ਆ ਕੋਈ ਕਿਸੇ ਨੇ ਕੋਈ ਧਾਰਮਿਕ ਪ੍ਰੋਗਰਾਮ ਕਰਾਉਣੇ ਹੁੰਦੇ ਨੇ ਤੇ ਉੱਥੇ ਚਲੇ ਜਾਂਦੇ ਨੇ ਬੱਸਾਂ ਦੇ ਵਿੱਚ ਇਹ ਹੈ ਮੁਕਤ ਦੇ ਖਾਣੇ ਖੋਣੇ ਖਾਣ ਹੂੰ ਮੰਗਲਵਾਰੀ ਭਜਨ ਕੀਰਤਨ ਸੁਣਣ ਚਲੇ ਜਾਂਦੇ ਨੇ ਇਹ ਹੂੰ ਜਾਂ ਮੰਦਰਾਂ ਦੇ ਜਾ ਕੇ ਉੱਥੇ ਮੋਹਰੇ ਬਹਿ ਜਾਂਦੇ ਨੇ ਰੋਟੀ ਰਾਟੀ ਮਿਲੂਗੀ ਸਾਨੂੰ ਉੱਥੇ ਡੇਰਾ ਲਾ ਲੈਂਦੇ ਨੇ ਮੰਗਲਵਾਰ ਨੂੰ ਹੂੰ ਬੁੱਧਵਾਰ ਇਹਨਾਂ ਕੋਲ ਪਾਚ ਗਿਆ ਇੱਕ ਤੇ ਫਿਰ ਸੋਚਦੇ ਬਾਕੀ ਦੇ ਦਿਨ ਅਸੀਂ ਸਾਰੇ ਕੱਢ ਲਏ ਇੱਕ ਬੁੱਧਵਾਰ ਵੀ ਇਦਾਂ ਕੱਢ ਲੈਣੇ ਉਹ ਵੀ ਇਹਨਾਂ ਨੇ ਕੱਢ ਲੈਣਾ ਜਾਂ ਪ੍ਰੋਗਰਾਮ ਬਣਾ ਲੈਂਦੇ ਨੇ ਮੱਥੇ ਠੇਕਣ ਦਾ ਹਾਂ ਹੋਰ ਕਿਸੇ ਪਾਸੇ ਕਿਸੇ ਜਗ੍ਹਾ ਤੋਂ ਨਾਮ ਲੈ ਆਉਣਾ ਹੁੰਦਾ ਇਹਨਾਂ ਉਹ ਹਰ 2-2 ਘੰਟੇ ਉਹ ਕਹਿੰਦੇ ਪਾਠ ਪੂਠ ਕਰ ਉਹ ਦੱਸ ਪਾਠ ਲਾਪੇ ਤਾਂ ਇਹਨਾਂ ਕਰਨ 2 ਘੰਟੇ ਸਵੇਰ ਨੂੰ 2 ਘੰਟੇ ਸ਼ਾਮ ਨੂੰ 4 ਘੰਟੇ ਬਹਿ ਜਾਂਦਾ ਪੂਰੇ ਦਾ ਪੂਰਾ ਟੱਬਰ ਪਾਠ ਕਰਨ ਹੂੰ ਸੱਚਖੰਡ ਜਾਣਾ ਆ ਇੱਥੇ ਤੁਹਾਨੂੰ ਤਕਲੀਫ ਹੋ ਰਹੀ ਆ ਅੱਜ ਇੱਥੇ ਇੱਥੇ ਆਏ ਹੂੰ ਬੋਲਦੇ ਘਰ ਆ ਤੁਹਾਡੇ 76 ਫਰਮਾ ਹੋਰ ਜ਼ਿਆਦਾ ਸੱਚਖੰਡ ਜਾਣਾ ਦੇਖਿਆ ਹੈ ਕਿਸੇ ਨੇ ਇਹ ਅੱਖਾਂ ਮੀਟ ਕੇ ਸੱਚਖੰਡ ਦੇਖਦਾ ਹੁੰਦਾ ਤੁਹਾਨੂੰ ਸਾਲਿਓ ਅੱਖ ਖੋਲੀ ਆਖਣਾ ਅਖਣ ਇਹਨਾਂ ਦਾ ਦੇਸ ਦਾ ਕੋਸ ਨਹੀਂ ਗਾ ਤੇ ਮੀਚ ਹੋਈ ਆੱਖਾਂ ਨਾਲ ਲੈਸ ਪਊਗਾ ਇਹਨਾਂ ਨੂੰ ਹੂੰ ਕੋਈ ਨਾਮ ਲੈਣ ਚਲੇ ਜਾਂਦਾ ਕੋਈ ਫਲਾਣੇ ਲੋਕ ਫਲਾਣੇ ਬਾਬੇ ਦੇੋਂ ਚੌਂਕੜੀ ਮਾਰ ਕੇ ਤੁਸੀਂ 2 ਘੰਟੇ ਸਵੇਰ ਨੂੰ 2 ਸ਼ਾਮ ਨੂੰ ਤੇ ਵਿਚ ਵਿਚਾਲੇ ਇਹ ਕੰਮ ਕਰਦene 5 ਘੰਟੇ ਤਾਂ ਤੁਹਾਡਾ ਵੇਸਟ ਹੋ ਗਿਆ ਕੰਮ ਇਹ ਹੂੰ ਆਹਾ ਜਿਹੜਾ ਤੁਸੀਂ ਕੰਮ ਕਰਦੇ ਹੂੰ 5 ਘੰਟੇ ਤੇ ਮਹੀਨੇ ਦੇ ਕਿੰਨੇ ਘੰਟੇ ਹੋ ਗਏ ਨੇ ਜੇ ਤੁਸੀਂ ਲਾ ਲਓ 150 ਘੰਟੇ ਤਾਂ ਹੋ ਹੀ ਗਏ ਨਾ 150 ਘੰਟੇ ਤੁਸੀਂ ਇਸ ਕੰਮ ਦੇ ਦੋਵਲੇ ਰੱਬ ਦੇ ਨਾਮ ਲੈਣ ਦੇ ਖਾਤੇ ਵਿੱਚ ਵੇਸਟ ਕਰ ਦਿੱਤਾ ਤੇ 137 ਘੰਟੇ ਨੇ ਬਾਹਰ ਇੰਡਸਟਰੀ ਵਿੱਚ ਕੰਮ ਕਰਦੇ ਫੈਕਟਰੀ ਦੇ ਵਿੱਚ ਅਸੀਂ 137 ਜਾਂ 140 ਘੰਟੇ ਲਾਉਨੇ ਆ ਹਾਂ ਤੇ ਤੁਸੀਂ 150 ਘੰਟੇ ਵੇਸਟ ਕਰ ਦਿੱਤਾ ਤੇ ਕੰਮ ਤੁਸੀਂ ਕਦੋਂ ਕਰਨੋ ਫਿਰ ਹਾਂ ਅਸੀਂ ਤਾਂ 140 ਘੰਟੇ ਲੈ ਕੰਮ ਕਰਕੇ ਸਾਨੂੰ ਕੋਈ ਪਰੋਂ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ ਪਤਾ ਨਹੀਂ ਕਿੰਨੇ ਇੱਕ ਬਿੱਲ ਦੇ ਦਿੰਦੇ ਸਾਡੀ ਤਾਂ ਗਵਰਨਮੈਂਟ ਫ੍ਰੀ ਬਿੱਲ ਨਹੀਂ ਕਰਦੇ ਹੈਗੇ ਨਾ ਸਾਨੂੰ ਬਿਜਲੀ ਫ੍ਰੀ ਹੈ ਤੁਹਾਨੂੰ ਸਾਰੀ ਚੀਜ਼ ਫ੍ਰੀ ਹੈ ਤੇ ਬਿਜਲੀ ਤੁਹਾਨੂੰ ਫ੍ਰੀ ਹੈ ਦਾਲ ਪਾਣੀ ਗਵਰਨਮੈਂਟ ਉਹ ਫ੍ਰੀ ਕਰਦੇ ਹੈ ਹੈ ਹੋਰ ਕਈ ਚੀਜ਼ਾਂ ਫ੍ਰੀ ਚ ਮਿਲਦੀਆਂ ਕਈ ਸਬਸਿਡੀਆਂ ਉਹ ਫ੍ਰੀ ਹੈ ਪਾਇਸਾਂ ਦਾ ਕੂੜੇ ਦਾ ਬਿੱਲ ਵੀ ਦੇਣਾ ਪੈਂਦਾ ਪਾਣੀ ਦਾ ਬਿੱਲ ਵੀ ਪਾਣੀ ਵਰਤਣ ਦਾ ਪਾਣੀ ਡੋਲਣ ਦਾ ਬਿੱਲ ਦੇਣਾ ਪੈਂਦਾ ਕੂੜੇ ਦਾ ਬਿੱਲ ਦੇਣਾ ਪੈਂਦਾ ਟੀਵੀ ਦੇ ਬਿੱਲ ਦੇਣੇ ਪੈਂਦੇ ਨੇ ਰੋਟ ਟੈਕਸ ਦੇਣਾ ਪੈਂਦਾ ਮਕਾਨ ਤੇ ਟੈਕਸ ਦੇਣਾ ਪੈਂਦਾ ਸਾਨੂੰ ਡਾਕਟਰੀ ਦਾ ਆਪਣਾ ਜਿਹੜਾ ਉਹਦਾ ਟੈਕਸ ਦੇਣਾ ਪੈਂਦਾ ਉਹਦੇ ਪੈਸੇ ਦੇਣੇ ਪੈਂਦੇ ਨੇ ਸਾਨੂੰ ਹੂੰ ਪਤਾ ਨਹੀਂ ਹੋਰ ਕਿੰਨੇ ਕਿੰਨੇ ਟੈਕਸ ਆ ਇਨਕਮ ਟੈਕਸ ਸਾਨੂੰ ਲੱਗਦਾ ਉੱਤੇ ਦੇਈਦਾ ਬਾਅਦ ਜਿਵੇਂ ਉੱਤੇ ਹੋ ਟੈਕਸ ਦੇਣਾ ਪੈਂਦਾ ਹੈਂ ਸਾਨੂੰ 60 ਰੋ 70 ਰੋ ਕੰਮ ਕਰਕੇ ਮਿਲਦੇ ਨੇ ਕਿੱਥੇ ਕਿੱਥੇ ਅਸੀਂ ਚਲਾ ਦਈਏ ਜੇ ਤੁਹਾਡੇ ਅੰਦਰ ਅਸੀਂ ਬੱਸਾਂ ਵਿੱਚ ਬੈਠ ਜਾਇਆ ਕਰੀਏ ਫੇਰ ਕਹਿੰਦੇ ਸਾਨੂੰ ਪੈਸੇ ਨਹੀਂ ਪਾਸ ਚ ਦੇ ਹੈਗੇ ਇੱਕ ਬੰਦਾ ਇਹਨਾਂ ਦਾ ਕੰਮ ਕਰਦਾ ਨੌ ਜਣੇ ਚੁਰਿਆ ਬੱਸਾਂ ਦੇ ਵਿੱਚ ਪੰਜਾਬੀ ਇਹਨਾਂ ਨੂੰ ਨਹੀਂ ਬੋਲਣੀ ਆਉਂਦੀ ਸਵਾਰੀਆਂ ਮੂੰਹ ਚੱਕ ਕੇ ਦੇਖਦੀਆਂ ਇਹ ਪੰਜਾਬੀ ਬੋਲਦੇ ਕਿਹੜੇ ਆ ਟਿਕਟ ਕਹਿੰਦੇ ਕੋਈ ਨਹੀਂ ਵਿੱਚ ਸਿੱਧੀ ਬੋਲੀ ਜਾਂਦੇ ਨੇ ਆ ਕੰਮ ਕਰ ਦਿੰਦੇ ਆ ਚਲੋ ਠੀਕ ਆ ਸਾਰਿਆਂ ਨੂੰ ਸਸ ਜੀ ਗੱਲ ਥੈਂਕ ਯੂ ਕਰਦਾ ਪੂਰੇ ਬੜਾ ਦਾ ਸ਼ੋਕਾ ਟੈਕਨੋਲੋਜੀ ਮੈਂ ਜਰਮਨੀ ਤੋਂ ਬਾਏ ਬਾਏ